जनशक्ति पार्टी कांग्रेस विच होई शामिल। हलका इंचार्ज द्वारा पार्टी के प्रधान ते होर अहुदेदारां दा सरोपे पा के कीता गया स्वागत। 15 साल लड़ाई भी लागी है ना, उत्थे बंदियां दा प्रबंध कर लिया भी इत्थों दे थोड़े मुलाजम असीं विच रखांगे फैक्टरी दे। मैं किरणजीत सिंह गैरी, प्रधान लोक जनशक्ति पार्टी पंजाब प्रदेश, पर हुण कांग्रेस दे विच शामिल हो गए असीं ते मर जोगे कर जो नहीं। हां हुण कांग्रेस दे ਵਾਧੂ ਤੋਂ ਹੀ ਅੱਜ ਜਿਹੜੇ ਸਾਡੀ ਕੋਟਕਪੂਰਾ ਜਿਹੜੀ ਹਲਕੇ ਦੀ ਟੀਮ ਹੈ ਸਾਰੀ, ਜਿਹਦੇ ਵਿੱਚ ਸਾਡੇ ਵਾਈਸ ਪ੍ਰਧਾਨ ਸੀਗੇ ਬੋੜ ਸਿੰਘ ਘਾਰੂ ਜੀ, ਗੁਰਚਰਨ ਸਿੰਘ ਅਟਵਾਲ ਜੀ, ਗੁਰਜੀਤ ਪ੍ਰਮਾਣਾ ਜੀ, ਮਹਿੰਦਰ ਕੌਰ, ਸਾਰੀ ਸਾਡੀ ਟੀਮ ਜਿਹੜੀ ਅੱਜ ਇੱਥੇ ਇਕੱਠੀ ਹੋਈ ਸੀ। ਸਾਰੀ ਪੰਜਾਬ ਦੀ ਟੀਮ ਨਹੀਂ ਹੋਈ ਸ਼ਾਮਲ? ਨਹੀਂ ਪੰਜਾਬ, ਉਹ ਕੱਲ ਚੰਡੀਗੜ੍ਹ ਹੋ ਗਏ। ਸਾਰੇ ਜ਼ਿਲ੍ਹਾ ਪ੍ਰਧਾਨ ਮਰਜ ਹੋ ਗਏ ਨਾ, ਸਾਰੀ ਤੁਹਾਡੇ ਸਾਰੇ ਜ਼ਿਲ੍ਹਾ ਪ੍ਰਧਾਨ, ਸਾਰੀ ਸੂਬਾ ਕਮੇਟੀ, ਸਾਰੇ ਦੇ ਸਾਰੇ। ਕੱਲ ਹਰੀਸ਼ ਚੌਧਰੀ ਜੀ ਜਿਹੜੇ ਜਨਰਲ ਸੈਕਟਰੀ ਨੇ ਕਾਂਗਰਸ ਪਾਰਟੀ ਦੇ ਔਰ ਪੰਜਾਬ ਦੇ ਮਾਮਲੇ ਦੇ ਇੰਚਾਰਜ ਨੇ, ਉਹਨਾਂ ਦੀ ਹਾਜ਼ਰੀ 'ਚ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਦੀ ਹਾਜ਼ਰੀ 'ਚ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦੀ ਹਾਜ਼ਰੀ 'ਚ, ਤੇ ਇਹਨਾਂ ਦੇ ਸੈਕਟਰੀ ਜਨਰਲ ਜਿਹੜੇ ਹੈਗੇ ਆ, ਜਨਰਲ ਸੈਕਟਰੀ ਆਫਿਸ ਦੇ ਢੀਂਡਸਾ ਸਾਹਿਬ, ਸਾਰੀ ਲੀਡਰਸ਼ਿਪ ਉੱਥੇ ਹਾਜ਼ਰ ਸੀ। ਤੇ ਕੱਲ ਘੱਟੋ ਘੱਟ 250 ਜਿਹੜੇ ਸਾਡੇ ਲੀਡਰ ਸਾਹਿਬਾਨ ਸੀ, ਬਲਾਕਾਂ ਦੇ ਪ੍ਰਧਾਨ, ਜ਼ਿਲ੍ਹਿਆਂ ਦੇ ਪ੍ਰਧਾਨ, ਸੂਬਾ ਦੇ ਜਿਹੜੇ ਜਨਰਲ ਸੈਕਟਰੀ, ਵਾਈਸ ਪ੍ਰਧਾਨ, ਸਾਰੇ ਸਾਰੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਅੱਜ ਜਿਹੜਾ ਹੈਗਾ, ਅਸੀਂ ਕੋਟਕਪੂਰਾ ਬਲਾਕ ਦੀ ਜਿਹੜੀ ਕਾਂਗਰਸ ਦੀ ਟੀਮ ਸੀਗੀ, ਆ ਸਾਡੀ ਟੀਮ ਹੈਗੀ ਹੈ, ਉਹ ਕਾਂਗਰਸ ਦੀ ਟੀਮ ਦੇ ਵਿੱਚ ਸ਼ਾਮਲ ਕਰਨ ਵਾਸਤੇ ਮੈਂ ਵਿਸ਼ੇਸ਼ ਤੌਰ ਤੇ, ਉਚੇਚੇ ਤੌਰ ਤੇ ਇੱਥੇ ਆਇਆ, ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਰਕਰ ਸੀ, ਜੇ ਲੈ ਕੇ ਜਾਂਦੇ ਤਾਂ ਉੱਥੇ ਘੱਟੋ ਘੱਟ 50,000 ਦਾ ਇਕੱਠ ਚਾਹੀਦਾ ਸੀ। ਇਸ ਕਰਕੇ ਅਸੀਂ ਸਾਰੇ ਬਲਾਕ ਲੈਵਲ ਤੇ, ਹਲਕਾ ਲੈਵਲ ਤੇ, ਜਿੱਥੇ ਜਿੱਥੇ ਸਾਡੀਆਂ ਟੀਮਾਂ ਸਾਰੀਆਂ ਹੈਗੀਆਂ, ਉਹਨਾਂ ਨੂੰ ਅਸੀਂ ਕਾਂਗਰਸ ਪਾਰਟੀ ਸਰ ਆਉਣ ਦਾ ਕਾਰਨ ਕੀ ਬਣਿਆ? ਦੇਖੋ, ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਮੁੱਖ ਕਾਰਨ ਇਹ ਆ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਗਰੀਬ ਵਰਗ ਦੇ ਲੋਕਾਂ ਦੇ ਲਈ ਆ ਔਰ ਗਰੀਬ ਵਰਗ ਨੂੰ ਦਿਲ ਤੋਂ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ। ਅਸੀਂ ਵੀ ਉਸ ਤੋਂ ਪ੍ਰਭਾਵਿਤ ਹੋਏ। ਵਿਸ਼ੇਸ਼ ਕਾਰਨ ਇਹ ਸੀਗਾ ਕਿ ਲਾਲ ਲਕੀਰ ਨੂੰ ਖਤਮ ਕਰਾ ਕੇ ਲੋਕਾਂ ਨੂੰ ਅਸੀਂ ਘਰਾਂ ਦੀ ਮਾਲਕੀ ਦਿਵਾਉਣ ਵਾਸਤੇ 14 ਸਾਲ ਸੰਘਰਸ਼ ਕੀਤਾ, ਜਿਹਦੇ ਲਈ ਅਸੀਂ ਧਰਨੇ, ਮੁਜ਼ਾਹਰੇ, ਗ੍ਰਿਫਤਾਰੀਆਂ, ਬਹੁਤ ਕੁਛ ਹੋਇਆ। ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿੰਦਿਆਂ ਸਾਰ ਪਹਿਲਾਂ ਐਲਾਨ ਕੀਤਾ ਕਿ ਲਾਲ ਲਕੀਰ ਖਤਮ ਕਰਕੇ ਅਸੀਂ ਲੋਕਾਂ ਨੂੰ ਘਰਾਂ ਦੀ ਮਾਲਕੀ ਦੇਣੀ। ਫਿਰ ਉਹਨਾਂ ਨੇ ਕੀਤਾ ਕਿ ਜਿਹੜੇ ਬਿਜਲੀ ਦੇ ਬਿੱਲ ਹੈਗੇ ਆ ਉਹ ਸਾਰਿਆਂ ਦੇ ਮਾਫ਼ ਕੀਤੇ। ਫਿਰ ਉਹਨਾਂ ਨੇ 5 ਬਰਲੇ ਪਲਾਟ ਦੇਣ ਦੀ ਸਾਡੀ ਮੰਗ ਸੀ ਉਹ ਕੀਤੀ। ਜਿਹੜੀਆਂ ਜਿੰਨੇ ਪ੍ਰੋਗਰਾਮ ਅਸੀਂ ਦਿੱਤੇ ਹੋਏ ਸੀ, ਸਾਡਾ ਮੰਗ ਪੱਤਰ ਸੀ, ਉਹ ਚਰਨਜੀਤ ਸਿੰਘ ਚੰਨੀ ਜੀ ਇੱਕ ਇੱਕ ਕਰਕੇ ਉਹਨੂੰ ਲਾਗੂ ਕਰ ਰਹੇ। ਤੇ ਚੰਨੀ ਸਾਹਿਬ ਨੇ ਜਦੋਂ ਮਾਨਸਾ ਦੀ ਮੁਲਾਕਾਤ ਸਾਡੀ ਹੋਈ ਸੀ, ਧੰਨਵਾਦ ਕਰਨ ਵਾਸਤੇ ਉਹਨਾਂ ਨੂੰ ਜਦੋਂ ਮਿਲੇ ਕਿ ਤੁਸੀਂ ਲਾਲ ਲਕੀਰ ਖਤਮ ਕੀਤੀ, ਤਾਂ ਚੰਨੀ ਜੀ ਨੇ ਕਿਹਾ ਕਿ ਗੈਰੀ ਸਾਹਿਬ ਆਓ, ਆਪਾਂ ਰਲ ਕੇ ਪੰਜਾਬ ਦੇ ਭਲੇ ਲਈ, ਗਰੀਬਾਂ ਦੇ ਭਲੇ ਲਈ ਆਪਾਂ ਕੰਮ ਕਰੀਏ। ਇਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਜਿਹੜਾ ਹੈਗਾ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੇ ਲਈ ਲੋਕ ਜਨਸ਼ਕਤੀ ਪਾਰਟੀ ਨੂੰ, ਕਾਂਗਰਸ ਪਾਰਟੀ ਸ਼ਾਮਲ ਕੀਤਾ। ਜਨਸ਼ਕਤੀ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋਈ ਹੈ, ਕੀ ਕਹਿਣਾ ਚਾਹੁੰਦੇ ਹੋ? ਇਹ ਬੜਾ ਖੁਸ਼ੀ ਦਾ ਮਕਾਮ ਹੈ ਕਾਂਗਰਸ ਵਾਸਤੇ, ਤੇ ਇਹਨਾਂ ਨੇ ਬਹੁਤ ਵੱਡਾ ਫੈਸਲਾ, ਸੰਘਰਸ਼ਮਈ ਜਿਹੜੀ ਕਮੇਟੀ ਬਣੀ, ਆਲਰੇਡੀ ਬਣੀ, 20 ਸਾਲ ਤੋਂ ਕੰਮ ਕਰ ਰਹੀ ਸੀ ਪੰਜਾਬ ਵਿੱਚ, ਉਹਨਾਂ ਨੇ ਪਹਿਲੀ ਵਾਰ ਚੰਨੀ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਕਾਂਗਰਸ ਨੂੰ ਜੁਆਇਨ ਕੀਤਾ ਨਹੀਂ, ਬਲਕਿ ਚੰਨੀ ਸਾਹਿਬ ਦੇ ਕੰਮਾਂ ਨੂੰ ਜੁਆਇਨ ਕੀਤਾ ਹੈ। ਅਤੇ ਇਹੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਦੋਨਾਂ ਦੇ ਵਿਚਾਰ ਤੋਂ, ਉਹਨਾਂ ਦੀ ਸੋਚ ਅਗਾਂਹ ਨੂੰ ਵੀ ਇਸੇ ਤਰ੍ਹਾਂ ਕਾਮਯਾਬ ਕਰਦੀ ਰਹੇ ਅਤੇ ਪੰਜਾਬ ਦੇ ਹਿੱਤਾਂ ਵਾਸਤੇ ਚੰਗੀ ਸਾਬਤ ਹੋਵੇ। ਆਉਣ ਇਲੈਕਸ਼ਨ ਨੂੰ ਲੈ ਕੇ ਕੀ ਰਣਨੀਤੀ ਚੱਲ ਰਹੀ ਹੈ? ਰਣਨੀਤੀ ਦਾ ਫੈਸਲਾ ਕਰਨਾ ਹੁੰਦਾ ਵੱਡੇ ਸਿਆਸੀ ਬੰਦਿਆਂ ਨੇ, ਅਸੀਂ ਉਹਨਾਂ ਹੁਕਮ ਜਾ ਰਹੇ। ਮੈਂ ਰਣਨੀਤੀ ਬਾਰੇ ਦਾ ਕੁਛ ਵਿਚਾਰ ਮੇਰਾ ਰੱਖਣਾ ਹੱਕ ਹੀ ਨਹੀਂ ਬਣਦਾ, ਅਸਾਂ ਉਹਨਾਂ ਹੁਕਮ ਜਾ ਰਹੇ। ਲੋਕਲ ਲੈਵਲ ਤੇ ਕੋਈ ਫੈਸਲਾ ਨਹੀਂ, ਇਹ ਹਾਈ ਕਮਾਂਡ ਨੇ ਫੈਸਲਾ ਕਰਨਾ ਹੁੰਦਾ। ਹਾਈ ਕਮਾਂਡ ਦੇ ਫੈਸਲੇ ਮਗਰੋਂ ਅਸੀਂ ਪਾਰਟੀ ਮਜ਼ਬੂਤ ਹੋਊਗੀ, ਪਾਰਟੀ ਮਜ਼ਬੂਤ ਹੋਊਗੀ ਹੋਊਗੀ ਨਹੀਂ, ਪਾਰਟੀ ਦਾ ਪਹਿਲਾਂ ਪੰਜਾਬ ਤਾਂ ਹੋ ਗਿਆ ਸੀ ਮਜ਼ਬੂਤ ਇਕੱਲੇ ਚੰਨੀ ਸਾਹਿਬ ਦੇ ਆਉਣ ਨਾਲ,
अज एक उन्होंने बूस्ट मिलिया है कि उसके उत्ते पक्की मोहर लग गई है जी गोल हिंदुस्तान गौरमेंट की गोल मोहर होंगी है वह लग गई कि आने वाले समय च कांग्रेस से इन्हों की पार्टी साढ़े दो पार्टियां से मेल होया है वह पक्की मोहर गांव बन गई चन्नी साहब कामों तो प्रभावित होकर बनी है। मैं बधाई दिता चन्नी साहब न समुचे उन्होंने पहचान काम की पहचान करने वाले वर्करा गहरी साहब न समुची पार्टी